ਉਹ ਪੂਰਾ ਗੋਲੀ ਕਾਣ ਨਾਲ ਜੁੜਿਆ ਹੈ ਜਦੋਂ ਮੈਜਿਸਟ੍ਰੇਟ ਫੈਸਲਾ ਕਰ ਰਹੀ ਸੀ ਤੇ ਉੱਥੇ ਇੱਕ ਅਰਜੀ ਵੀ ਖਾਰਜ ਹੁੰਦੀ ਹੈ ਉਹ ਹੈ ਕਿ ਪੁਲਿਸ ਕਦੇ ਤਾਂ ਕਹਿੰਦੀ ਹੈ ਕਿ ਸਿੱਖ ਪ੍ਰਚਾਰਕ ਤੇ ਸੰਗਤ ਨੇ ਵੀ ਸਾਡੇ ਤੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ ਉਹ ਅਰਜੀ ਇਸ ਕਰਕੇ ਖਾਰਜ ਕਰ ਦਿੱਤੀ ਜਾਂਦੀ ਹੈ ਜੱਜ ਸਹਿਬਾਨ ਦੇ ਵੱਲੋਂ ਕਿ ਪੁਲਿਸ ਪਹਿਲਾਂ ਤਾਂ ਕਹਿੰਦੀ ਸੀ ਇਸ ਤਰ੍ਹਾਂ ਦਾ ਕੋਈ ਹਮਲਾ ਹੀ ਨਹੀਂ ਹੋਇਆ ਹੁਣ ਅਰਜੀਆਂ ਦੇ ਰਿਆ ਕਿ ਸਾਡੇ ਤੇ ਵੀ ਹਮਲਾ ਆਇਆ ਕੇਸ ਇਹ ਵੀ ਚੱਲਣਾ ਚਾਹੀਦਾ ਨਾਲੋਂ ਨਾਲ ਇਹ ਪੁਲਿਸ ਦਾ ਦੂਰਾ ਸਟੈਂਡ ਵੀ ਕਿਤੇ ਨਾ ਕਿਤੇ ਬੇਨਕਾਬ ਹੋਇਆ ਕੱਲ੍ਹ ਬੀਤੇ ਦਿਨੀ ਸਦੀਪ ਸਭ ਤੋਂ ਵੱਡੀ ਗੱਲ ਹੈ ਤੇ ਸ਼ੁਕਰ ਮਨਾਓ ਪੀ ਪੁਲਿਸ ਵੀ ਪਤਾ ਲੱਗਿਆ ਕਿ ਅਨਪਛਾਤੀ ਨਹੀਂ ਹੈਗੀ ਸੀ ਜਦੋਂ ਇਹ ਤਿੰਨ ਬੇਸਿਕਲੀ ਤਿੰਨ ਕਾਂਡ ਨੇ ਤੇ ਸਿਆਸੀ ਲੀਡਰਾਂ ਨੇ ਤੇ ਪੁਲਿਸ ਨੇ ਮਿਕਸ ਕਰ ਦਿੱਤੇ ਕਿ ਲੋਕ ਇਨ ਕਨਫਿਊਜ਼ ਹੋ ਜਾਂਦੇ ਬਰਗਾੜੀ ਕਾਂਡ ਕੀ ਆ ਬਾਈਬਲ ਕਲਾਂਕੀਆਂ ਕੋਟਕਪੂਰਾ ਕੀ ਆ ਰਲਗੜ੍ਹ ਇੰਨਾ ਕਰ ਦਿੱਤਾ ਕਿ ਹਾਲਾਂਕਿ ਤਿੰਨੇ ਇੱਕ ਦੂਜੇ ਦੇ ਨਾਲ ਜੁੜੇ ਆ ਗਏ ਨੇ ਲੇਕਿਨ ਜਿੱਦੋਂ ਤੱਕ 14 ਪ੍ਰਚਾਰਕਾਂ ਦਾ ਸਵਾਲ ਸੀ ਕਿਉਂਕਿ ਪੁਲਿਸ ਕੀ ਕਰਦੀ ਹੈ ਕਿ ਜਦੋਂ ਪੁਲਿਸ ਤੇ ਪੁਲਿਸ ਗਲਤ ਐਕਸ਼ਨ ਕਰਦੀ ਜੋ ਪੁਲਿਸ ਨੇ ਕਹੇ ਤਾਂ ਅਣਪਛਾਤੀ ਪੁਲਿਸ ਦੱਸਦੀ ਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਸੀ ਸੁਭੀਸ਼ ਸਿੰਘ ਬਾਦਲ ਦੇ ਪੰਜਾਬ ਦੇ ਗ੍ਰਹਿ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੇ ਪੁਲਿਸ ਅਣਪਛਾਤੀ ਜਦ ਕਿ ਉਥੇ ਪੁਲਿਸ ਵਾਲਿਆਂ ਦੇ ਨੰਬਰ ਪੁਲਿਸ ਜਦੋਂ ਪ੍ਰੋਟੈਸਟ ਹੁੰਦੇ ਨਾ ਧਰਨੇ ਧੁਰਨੇ ਹਗੇ ਉਹ ਪੁਲਿਸ ਵਾਲੇ ਸਭ ਤੋਂ ਪਹਿਲਾਂ ਆਪਣੇ ਨਾਮ ਹਟਾ ਕੇ ਦਫਤਰਾਂ 'ਚ ਰੱਖਾਂਦੇ ਕਿ ਪੜੇ ਨਾ ਜਾਣਾ ਪਰ ਵਰਦੀ ਹੁੰਦੀ ਆ ਡਾਂਗਾ ਹੁੰਦੀ ਆ ਹਥਿਆਰ ਹੁੰਦੇ ਨਾ ਕੋ ਲੋਕਾਂ ਨੂੰ ਕੁੱਟਦੇ ਲੇਕਿਨ ਜੇ ਤੁਸੀਂ ਇਹਨਾਂ ਦੇ ਨਾਮ ਨਹੀਂ ਲਿਖਦੇ ਉਹ ਵਾਕਿਆ ਪੁਲਿਸ ਅਣਪਛਾਤੀ ਘਰੋਂ ਹੀ ਅਣਪਛਾਤੀ ਹੋ ਕੇ ਚੱਲਦੇ ਆਗੇ ਨੇ ਹ 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 ਉਹਨੂੰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮਨਜ਼ੂਰੀ ਨਹੀਂ ਦੇ ਰਹੀ ਅਕਾਲ ਸੇਬ ਸਾਹਿਬ ਮਨਜ਼ੂਰੀ ਨਹੀਂ ਦੇ ਰਿਹਾ ਤੇ ਜਿਹੜਾ ਆ ਜਿਹੜਾ ਕਾਂਡ ਹੋਇਆ ਨਾ ਜਿਹੜਾ ਇਹ ਸਿਰ ਤੇ ਸਿਰਫ ਇੱਕ ਬਲਾਤਕਾਰੀ ਤੇ ਕਾਤਲ ਬਾਬੇ ਦੀ ਫਿਲਮ ਲਗਾਉਣ ਦੀ ਖਾਤਰ ਇਹ ਪੰਜਾਬ ਦੇ ਵਿੱਚ ਸਾਜ਼ਿਸ਼ ਰਚੀ ਗਈ ਸੀ ਕਾਲੀ ਭਾਜਪੀ ਰਾਹ ਖਾਲੀ ਕਰਾਉਣੇ ਜਾਂ ਲੋਕੀ ਧਰਨੇ ਹੀ ਕਿਉਂਕਿ ਜਦੋਂ ਕਿਸਾਨਾਂ ਨੇ ਧਰਨੇ ਲਾਏ ਤੇ ਕਾਲੀ ਦਲ ਨਾਲ ਨੇ ਸਰਕਾਰ ਨੇ ਡਾਂਗਾ ਮਾਰੀਆਂ ਤੇ ਫਿਲਮ ਜਦੋਂ ਲਾਈ ਲੋਕਾਂ ਨੇ ਰਾਹ ਰੋਕਲੇ ਸੀ ਕੁਦੋਂ ਲੋਕਾਂ ਦਾ ਗੁੱਸਾ ਆ ਉਦੋਂ ਫਿਲਮ ਸਰਕਾਰ ਨੂੰ ਆਉਣ ਦੇ ਹੱਕ ਦੇ ਵਿੱਚ ਹੀ ਲੇਕਿਨ ਸ਼੍ਰੋਮੀ ਕਮੇਟੀ ਵੀ ਉਦੋਂ ਗੁੰਗੀ ਬੈਠੀ ਰਹੀ ਕਿਉਂਕਿ ਉਦੋਂ ਆਕਾ ਕਹਿੰਦੇ ਸੀ ਠੀਕ ਹੈ ਅੱਜ ਦਾਸਤਾਨ ਨੇ ਸਰਹੰਦ ਜਿੰਨੂੰ 38 ਮਨਜ਼ੂਰੀਆਂ ਦੇ ਦਿੱਤੀਆਂ ਉਹਨੂੰ ਲੈ ਕੇ ਸ਼੍ਰੋਮੀ ਕਮੇਟੀ ਕਹਿੰਦੀ ਕਿ ਨਾਓ ਚਾਰ ਪੰਜ ਨਿਹੰਗ ਜੇ ਖੜੇ ਕਰ ਦਿੱਤੇ ਅੱਗੇ ਲਾ ਕੇ ਜਾ ਕੇ ਉਹ ਖਾਲੀ ਕਰਵਾ ਰਹੇ ਕਿ ਜੇ ਲੋਕਾਂ ਨੂੰ ਪਤਾ ਲੱਗ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਾਡੇ ਸਿੱਖ ਬੱਚਿਆਂ ਨੂੰ ਪਤਾ ਨ ਲੱਗੂਗਾ ਚਾਰ ਸਾਹਿਬਜ਼ਾਦੇ ਬਾਰੇ ਹੂੰ ਉਹ ਚਾਰ ਸਾਹਿਬ ਜਿਆਦੇ ਕਹਿ ਰਹੇ ਕਿ ਅੱਜ ਕਿੰਦੇ ਕਿ ਐਨੀਮੇਸ਼ਨ ਤੇ ਫਿਲਮ ਨਹੀਂ ਬਣੀ ਚਾਹੀਦੀ ਤੇ ਕਿੰਨੇ ਕਰੋੜ ਚ ਖਰਚੀ 4 ਕਰੋੜ 4 ਕਰੋੜ ਦੇ ਸ਼ੋਰਨਗੂ ਦਾ ਪ੍ਰਬੰਧਕ ਕਮੇਟੀ ਫਿਲਮ ਖਰੀਦ ਸਕਦੀ ਆ ਲੇਕਿਨ ਜਿਹੜਾ ਕੋਈ ਹੋਰ ਸਿੱਖ ਇਤਿਹਾਸ ਤੇ ਬਣਾਉਣਾ ਚਾਹੁੰਦੇ ਉਹਨੂੰ ਬਣਾਉਣੀ ਦੇਣਗੇ ਇਹਦਾ ਮਤਲਬ ਪੰਜਾਬ ਦੀ ਤੇ ਸਿੱਖ ਕੌਮ ਦੀ ਮਾੜੀ ਕਿਸਮਤ ਆ ਹੁਣ ਸਵਾਲ ਇਹ ਆ ਗਿਆ ਕਿ ਉਦੋਂ ਇਹ ਪੁਲਿਸ ਨੇ ਅਣਪਛਾਤੀ ਬਣਾ ਦਿੱਤਾ ਪੰਜਾਬ ਸਰਕਾਰ ਅਕਾਲੀ ਭਾਜਪੀ ਸਰਕਾਰ ਨੇ ਰੌਲਾ ਪਿਆ ਗਿਆ ਪੁਲਿਸ ਤੇ ਪਰਚੇ ਦਰਜ ਹੋਏਗੇ ਨੇ ਕਈ ਐਸਐਟ ਬਣੇ ਕਈ ਕਮਿਸ਼ਨ ਬਣ ਗਏ ਲੇਕਿਨ ਉਹਦਾ ਸਿੱਖ ਪ੍ਰਚਾਰਕ ਕਿਉਂ ਬੈਠੇ ਪਚਾਇਓ ਪੰਤਪ੍ਰੀਤ ਸਿੰਘ ਹੋਣੀ ਉਸ ਤੋਂ ਬਾਅਦ ਉਹ ਲੱਭੇ ਨਹੀਂ ਹਗੇ ਦਾਦੂਵਾਲ ਹੋਣੀ ਸੀ ਉਹ ਕਦੀ ਹਰਿਆਣੇ ਚਲੇ ਜਾਂਦੇ ਨੇ ਕਦੀ ਉਹ ਹੋਰ ਕਿਤੇ ਘੁੰਮਦੇ ਰਹਿੰਦੇ ਹੈਗੇ ਨੇ ਹੁਣ ਤੇ ਦਾਦੂਵਾਲ ਸਾਹਿਬ ਤੇ ਸਿਮਰਜੀਤ ਸਿੰਘ ਮਾਨ ਹੋਣੀ ਉਹ ਤੇ ਹੁਣ ਡੇਰਾ ਜਿਹੜਾ ਰਾਧਾ ਸਭਾ ਵੀ ਸਤਸੰਗ ਬਿਆਸ ਦੇ ਮੁਖੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਦੇ ਨਾਲ ਫੋਟੋ ਸੈਸ਼ਨ ਹੁੰਦੇ ਨੇ ਜਦ ਕਿ ਹੁਣਾਂ ਦਾ ਫਲਸਫਾ ਹੋਰ ਆ ਫਲਸਫੀ ਹੋਰ ਆ ਤੇ ਜਿਹੜੀ ਫਲਸਫੀ ਤੇ ਮਾਨ ਸਾਹਿਬ ਗੱਲ ਕਰਦੇ ਸਿਮਰਜੀਤ ਸਿੰਘ ਮਾਨ ਗੱਲ ਕਰਦੇ ਜਾਂ ਬਲਬੀਸ ਦਾਦੂਵਾਲ ਹੁਣੀ ਗੱਲ ਕਰਦੇ ਉਹ ਫਲਸਫੀ ਹੋਰ ਆ ਹੁਣ ਸਵਾਲ ਇਹ ਆ ਗਿਆ ਕਿ ਉਦੋਂ ਜਿਹੜੇ 14 ਪ੍ਰਚਾਰਕ ਬੈਠੇ ਸੀ ਚਾਹੇ ਮਾਨਜੀ ਸਾਹਿਬ ਸਾਂ ਹੋਰ ਸੀ ਪੰਥਪਰੀ ਤੋਂ ਨਹੀਂ ਭਾਈ ਹੁਣੀ ਲੱਭੇ ਨਹੀਂ ਆਗੇ ਹੁਣ ਉਹਨਾਂ ਤੇ ਪਹਿਲਾਂ ਪੁਲਿਸ ਕਹਿੰਦੀ ਕਿ ਸਾਡਾ ਕੋਈ ਲੈਣਾ ਇਹਨਾਂ ਨੇ ਕੋਈ ਅਟੈਕ ਨਹੀਂ ਕੀਤਾ ਫਿਰ ਹੁਣ ਕਹਿੰਦੇ ਕਿ ਬਰਾਬਰ ਦੇ ਦੋਸ਼ੀ ਬਣਾਉਣੇ ਹੁਣ ਕਿਵੇਂ ਮਤਲਬ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਦੀ ਸ਼ੱਕੀ ਭੂਮਿਕਾ ਰੇ ਦੋਰੇ ਮਾਪਦੰਡ ਰੇ ਆ ਗੇ ਨੇ ਹੁਣ ਇਹ ਆਪ ਫਸਦੇ ਦਿਖਾਈ ਦੇ ਰਹੇ ਨੇ ਤੇ ਹੁਣ ਜਦੋਂ ਕੇਸ ਨੂੰ ਹੋਰ ਡਿਲੇ ਕਰਨ ਹੋਵੇ ਨਾ ਇੱਕ ਹੋਰ ਐਪਲੀਕੇਸ਼ਨ ਦੇ ਦੋ ਹੁਣ ਅਦਾਲਤਾਂ ਇਡੀਆਂ ਨਿਆਣੀਆਂ ਤੇ ਹੈ ਨਹੀਂ ਆ ਪਹਿਲਾਂ ਤਾਂ ਭਾਈ ਕਹਿੰਦੇ ਕਿ ਸਾਡੇ ਤੇ 14 ਬੰਦੇ ਜ਼ਿੰਮੇਵਾਰ ਨਹੀਂ ਸੀ ਤੇ ਹੁਣ ਅਸੀਂ ਕਿਵੇਂ ਮੈਂ ਹੁਣ ਤੁਹਾਡੇ ਕੋ ਕਿਹੜਾ ਪ੍ਰੂਫ ਆ ਗਿਆ ਤੇ ਜਿਹੜੀਆਂ ਪੁਲਿਸ ਨੇ ਇਹਦੇ ਵਿੱਚ ਮੰਨ ਘੜਤ ਕਹਾਣੀਆਂ ਬਹੁਤ ਗੜੀਆਂ ਗੱਡੀਆਂ ਦੇ ਵਿੱਚ ਖੁਦ ਤੁਸੀਂ ਥਾਣੇ ਤੇ ਜਾ ਕੇ ਟਾਇਰਾਂ ਦੇ ਵਿੱਚ ਗੋਲੀਆਂ ਮਾਰੀਆਂ ਠੀਕ ਹੈ ਤੇ ਪੁਲਿਸ ਦੇ ਕਿਸੇ ਵੀ ਅਫਸਰ ਨੇ ਇਮਾਨਦਾਰੀ ਦੇ ਨਾਲ ਪੜਤਾਲ ਨਹੀਂ ਕੀਤੀ ਹੈਗੀ ਬੜੇ ਲੂਪ ਛੱਡ ਦਿੱਤੇ ਗਏ ਨੇ ਹੈਗੇ ਕਈਆਂ ਨੂੰ ਫਸਾਉਣ ਵਾਸਤੇ ਕਈਆਂ ਨੂੰ ਬਚਾਉਣ ਵਾਸਤੇ ਹੈਗੇ ਲੇਕਿਨ ਉਹ ਤਾਂ ਹੁਣ ਇਹ ਜਿਹੜਾ ਮਸਲਾ ਨਾ ਬੇਅਦਬੀ ਵਾਲਾ ਮਸਲਾ ਇਹ ਤੇ ਕਿਸੇ ਵੀ ਸਰਕਾਰ ਦੀ ਔਕਾਤ ਨਹੀਂ ਆ ਚਾਹੇ ਉਹ ਅਕਾਲੀਆਂ ਦੀ ਸਰਕਾਰ ਸੀ ਚਾਹੇ ਉਹ ਕਾਂਗਰਸੀ ਸਰਕਾਰ ਸੀ ਚਾਹੇ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਆ ਇਹ ਇਹ ਗੁਰੂ ਸਾਹਿਬ ਨੇ ਇਨਾਂ ਕੋ ਆਪ ਹੀ ਇਕੱਲੇ ਇਕੱਲੇ ਨੂੰ ਪਾਪੀ ਸਥਾਪਿਤ ਕਰਨਾ ਹੈਗਾ ਇਹ ਇਕੱਲੇ ਇਕੱਲੇ ਨੂੰ ਆਪ ਹੀ ਸਜ਼ਾ ਮਿਲਣੀ ਹੈਗੀ ਕਾਲੀਆਂ ਨੂੰ ਪੋਲਿਟੀਕਲ ਤੌਰ ਤੇ ਸਜ਼ਾ ਮਿਲ ਗਈ ਕਾਂਗਰਸ ਨੂੰ ਪੋਲਿਟੀਕਲ ਤੌਰ ਤੇ ਸਜ਼ਾ ਮਿਲ ਗਈ ਆ ਠੀਕ ਹੈ ਅਗਰ ਆਮ ਆਦੀ ਪਾਰਟੀ ਨੇ ਜਿਸ ਕਿਹਾ ਸੀ ਕਿ ਸਾਡੇ ਕੋ ਕੁਮਰ ਵਿਜੇ ਪ੍ਰਤਾਪ ਖੜੇ ਨੇ ਕੇਜਰੀਵਾਲ ਨੇ ਕਿਹਾ ਸੀ ਅਸੀਂ ਇਨਸਾਫ ਦੇ ਦਾਂਗੇ 18 ਮਹੀਨੇ ਹੋ ਗਏ 1 ਮਹੀਨੇ ਦਾ ਕਿਹਾ ਸੀ 24 ਘੰਟਿਆਂ ਦਾ 1 ਮਹੀਨਾ ਵੀ 1 ਦਿਨ ਦਾ ਤੇ 18 ਮਹੀਨੇ ਹੋ ਗਏ ਨੇ ਇਹ ਗੁਰੂ ਸਾਹਿਬ ਨੇ ਆਪ ਇਨਸਾਫ ਕਰਨਾ ਸਿਆਸਤ ਦੇ ਇਸ ਜਿਵੇਂ 84 ਦੇ ਵਿੱਚ ਇਨਸਾਫ ਨਹੀਂ ਮਿਲਿਆ ਲੇਕਿਨ ਸਿਆਸਤ ਅੱਜ ਤੱਕ ਹੋ ਰਹੀ ਐ ਇਹ ਵੀ ਗੁਰੂ ਸਾਹਿਬ ਦੀ ਜਿਹੜੀ 14 15 ਅਕਤੂਬਰ ਦੀ ਦਰਮਿਆਨੀ ਰਾਤ 2000 ਆਪਣੇ 15 ਦੇ ਵਿੱਚ ਕਾਂਡ ਵਾਪਰਿਆਗਾ ਸਿਆਸਤ ਹੋ ਹੋਈ ਐ ਪਰ ਇਨਸਾਫ ਨਹੀਂ ਮਿਲਦਾ ਸਿਆਸਤ ਹੁੰਦੀ ਰਹਿਣੀਆ ਭਾਵੇਂ ਤੁਸੀਂ ਜਿੰਨਾ ਮਰਜੀ ਕਾਲੀ ਦਲ ਵਾਲੇ ਕਹੀ ਚਲੋ ਕਿ ਜਿਹੜੇ ਇਸ ਮਸਲੇ ਤੇ ਸਿਆਸਤ ਕਰਦੇ ਨੇ ਤੇ ਜਿਹ ਤੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦਾ ਕੱਖ ਨਾ ਰਵੇ ਨਾ ਜੋ ਮਰਜੀ ਕਹੋ ਗੁਰੂ ਸਾਹਿਬ ਨੇ ਆਪ ਇਨਸਾਫ ਲੈਣਾ ਹੈਗਾ ਪੋਲੀਟੀਕਲ ਤੌਰ ਤੇ ਇਹਨਾਂ ਲੋਕਾਂ ਨੂੰ ਸਜ਼ਾ ਮਿਲ ਚੁੱਕੀ ਆ ਆਮ ਆਦੀ ਪਾਰਟੀ ਨੇ ਵੀ ਇਸ ਮਸਲੇ ਤੇ ਬੜੀ ਸਿਆਸਤ ਕੀਤੀ ਆ ਦੇਖਦੇ ਆ ਕੀ ਹੁੰਦਾ ਲੇਕਿਨ ਪੁਲਿਸ ਦਾ ਹਮੇਸ਼ਾ ਹਰ ਐਪੀਸੋਡ ਦੇ ਵਿੱਚ ਇਹ ਦੂਰੇ ਮਾਪਦਰ ਹੁੰਦੇ ਨੇ ਹੁਣ ਮੰਨ ਲਓ ਪੁਲਿਸ ਦੇ ਕੋਈ ਐਕਸ਼ਨ ਹੁੰਦਾ ਨਾ ਉਹ ਧੜਾ ਧੜ ਹਰ ਬੰਦੇ ਤੇ ਨਾ ਕਿਉਂਕ ਆਂਦਾ ਹੁੰਦਾ ਅੱਠ ਜਾਣਿਆਂ ਤੇ ਪਰਚਾ ਦਰਜ ਬਾਈ ਨੇਮ ਬਾਕੀ ਅਣਪਛਾਤੇ ਆ ਦੇ ਪੀ ਲੋੜ ਪੈ ਤੇ ਅਣਪਛਾਤੇ ਚੱਕੀ ਚਲੋ ਇੱਕ ਹੋਰ ਪਛਾਤਾ ਲੱਭ ਗਿਆ ਇੱਕ ਹੋਰ ਪਛਾਤਾ ਲੱਭ ਗਿਆ ਪੁਲਿਸ ਹਮੇਸ਼ਾ ਇੰਨੀ ਇੰਨੀ ਨਹੀਂ ਬਹੁਤ ਸਾਰੀ ਗੁੰਜਾਇਸ਼ ਲੈ ਕੇ ਚੱਲਦੀ ਆ ਕਿ ਲੋੜ ਪੈ ਤੇ ਫਿਰ ਪੋਲੀਟੀਕਲ ਬੰਦਿਆਂ ਦਾ ਦਬਾਅ ਅੱਛਾ ਉਹਨੂੰ ਉਹਨੂੰ ਵੀ ਵਿੱਚ ਕਰ ਲੋ ਜੀ ਨਾਮਜਦ ਉਹਨੂੰ ਵੀ ਕਰ ਲੋ ਤੇ ਇਸ ਕਰਕੇ ਇਸ ਮਸਲੇ ਦੇ ਵਿੱਚ ਇੰਨੀਆਂ ਜਿਆਦੀਆਂ ਪਚੀਦਗੀਆਂ ਕਾਨੂੰਨੀ ਲਕੂਨੇ ਰਹਿ ਗਏ ਨੇ ਚਾਹੇ ਉਹ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਕਰ ਲੋ ਚਾਹੇ ਜਸਟਿਸ ਰਣਜੀਤ ਸਿੰਘ ਦੀ ਕਰ ਲੋ ਚਾਹੇ ਐਸਪੀਐਸ ਪਰਮਾਰ ਦੀ ਕਰ ਲੋ ਚਾਹੇ ਰੰਬੀਰ ਸਿੰਘ ਖਟੜਾ ਦੀ ਕਰ ਲੋ ਚਾਹੇ ਹਲਕੇ ਜਾਦਵ ਦੀ ਕਰ ਲੋ ਚਾਹੇ ਕੁਮਰ ਵਿਜੇ ਪ੍ਰਤਾਪ ਦੀ ਕਰ ਲੋ ਚਾਹੇ ਨੌ ਨਿਹਾਲ ਸਿੰਘ ਵੀ ਇੱਕ ਵਾਰ ਵਿੱਚ ਆ ਗਿਆ ਲੋਕ ਅਫਸਰਾਂ ਦੀ ਗੱਲ ਕੀਤੀ ਜਾਵੇ ਤੇ ਇਸ ਮਸਲੇ ਦੇ ਵਿੱਚ ਜਿੰਨਾ ਕਿ ਉਹਨੂੰ ਅਫਸਰ ਨੂੰ ਲੱਗਾ ਕਿ ਮੈਂ ਇੰਨੀ ਕੀ ਕਾਰਵਾਈ ਕਰਨੀ ਹੈਗੀ ਉਨੀ ਕੀ ਕੀਤੀ ਹੈਗੀ ਆ ਤੇ ਇਹੀ ਆ ਹੁਣ ਪੁਲਿਸ ਦੀ ਕਹਾਣੀ ਹੌਲੀ ਰੋਜ਼ ਪਤਾ ਲੱਗੂਗਾ ਕਿ ਕਿਹਦਾ ਕਿੰਨਾ ਕਸੂਰ ਨਿਕਲਿਆ ਗਿਆ